Good morning everyone. Today in 9th class we are doing the chapter Plants Also Breathe and Feel. This chapter has been uploaded earlier also, but now the story is being uploaded from your book. Plants also feel and breathe. All of us know that plants have life, but how many of us know that they have hearts? They can feel, they can see. This extract tells us something about the scientist who made this dramatic discovery. ਦੇਖੋ ਰਾਜੇ, ਇਹਦੇ ਵਿੱਚ ਦੱਸਿਆ ਗਿਆ ਕਿ ਪਲਾਂਟਸ ਦੀ ਲਾਈਫ ਹੁੰਦੀ ਹੈ, ਆਪਾਂ ਸਾਰਿਆਂ ਨੂੰ ਪਤਾ ਹੈ, ਪਰ ਪਲਾਂਟਸ ਦਾ ਹਾਰਟ ਵੀ ਹੁੰਦਾ ਹੈ, ਪਲਾਂਟਸ ਫੀਲ ਵੀ ਕਰਦੇ ਆ, ਪਲਾਂਟਸ ਵੇਖ ਵੀ ਸਕਦੇ ਹੈ, ਇਹ ਚੀਜ਼ ਆਪਾਂ ਨੂੰ ਨਹੀਂ ਪਤਾ. ਇਹ ਐਕਸਟ੍ਰੈਕਟ, ਮਤਲਬ ਜੋ ਇਹ ਚੈਪਟਰ ਲਿੱਤਾ ਗਿਆ ਹੈ, ਜਿਹੜੀ ਇਹ ਡਿਸਕਵਰੀ ਹੈ, ਇੱਕ ਸਾਇੰਟਿਸਟ ਨੇ ਕੀਤੀ ਜਿਨ੍ਹਾਂ ਦਾ ਨਾਮ ਹੈ ਜਗਦੀਸ਼ ਚੰਦਰ ਬੋਸ. ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਇੱਕ ਈਵੈਂਟ ਸੀ ਜੋ ਉਹਨਾਂ ਨੇ ਇਜਾਦ ਕੀਤਾ, ਮਤਲਬ ਇੱਕ ਈਵੈਂਟ ਹੋਇਆ ਜਿਹਨੇ ਸਾਰੀ ਵਰਲਡ ਨੂੰ ਸਰਪ੍ਰਾਈਜ਼ ਕਰਤਾ. ਉਹਨਾਂ ਨੇ ਇੱਕ ਇੰਸਟਰੂਮੈਂਟ ਇਨਵੈਂਟ ਕੀਤਾ ਜਿਹਦਾ ਨਾਮ ਸੀ ਕ੍ਰੈਸਕੋਗ੍ਰਾਫ. ਆਈ ਰਿਪੀਟ, ਕ੍ਰੈਸਕੋਗ੍ਰਾਫ. ਇਹੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਤੁਹਾਨੂੰ ਚੈਪਟਰ ਦੇ ਵਿੱਚ ਆਊਗਾ ਵੀ ਕ੍ਰੈਸਕੋਗ੍ਰਾਫ. ਕਹਿੰਦੇ ਇਟ ਵਾਜ਼ ਐਨ ਈਵੈਂਟ ਦੈਟ ਸਰਪ੍ਰਾਈਜ਼ਡ ਦਾ ਸਾਇੰਟਿਫਿਕ ਵਰਲਡ. ਇਟ ਵਾਜ਼ ਐਨ ਅਨਡ੍ਰੈਮਟ ਆਫ ਅ ਥਿੰਗ. ਹੇਅਰ ਵਾਜ਼ ਅ ਮੈਨ ਹੂ ਹੈਡ ਬਿਲਟ ਅ ਯੂਨੀਕ ਇੰਸਟਰੂਮੈਂਟ, ਐਨ ਇੰਸਟਰੂਮੈਂਟ ਲਾਈਨ ਟਿਕ ਕਰੋ, ਦੈਟ ਕੁਡ ਮੈਜ਼ਰ ਦਾ ਗਰੋਥ ਆਫ ਪਲਾਂਟਸ. ਹੇਅਰ ਵਾਜ਼ ਅ ਮੈਨ ਹੂ ਹੈਡ ਪ੍ਰੂਵਡ ਵਿਦ ਦਿਸ ਬਿਊਟੀਫੁਲ ਔਰ ਵੰਡਰਫੁਲ ਮਸ਼ੀਨ ਦੈਟ ਪਲਾਂਟਸ ਹੈਵ ਹਾਰਟਸ ਐਂਡ ਦੇ ਕੈਨ ਫੀਲ. ਇਹ ਵਾਲੀ ਲਾਈਨ ਟਿਕ ਕਰੋ. ਦ ਮਸ਼ੀਨ ਸ਼ੋਡ ਦੈਟ ਪਲਾਂਟਸ ਹੈਵ ਸਾਈਟ ਐਂਡ ਅ ਸੈਂਸ ਵਿਚ ਟੈਲਸ ਦੈਮ ਦੈਟ ਸਟਰੇਂਜਰ ਇਜ਼ ਅਪਰੋਚਿੰਗ. ਜਿਵੇਂ ਟੱਚ ਵੀ ਨੋਟ ਦਾ ਪਲਾਂਟ ਹੈ, ਜਦੋਂ ਕੋਈ ਚੀਜ਼ ਨੇੜੇ ਜਾਂਦੀ ਹੈ ਉਹ ਸੁੰਗੜ ਜਾਂਦਾ ਹੈ, ਮਤਲਬ ਉੱਥੋਂ ਪਤਾ ਲੱਗਦਾ ਕਿ ਪਲਾਂਟਸ ਕੋਲ ਸੈਂਸ ਹੈ. ਕਹਿੰਦੇ ਕਿ ਉਹਨਾਂ ਨੇ ਦੱਸਿਆ ਕਿ ਪਲਾਂਟਸ ਦੇਖ ਵੀ ਸਕਦੇ ਆ, ਉਹਨਾਂ ਨੂੰ ਸੈਂਸ ਵੀ ਹੈ, ਉਹਨਾਂ ਨੂੰ ਪਤਾ ਲੱਗਦਾ ਜਦੋਂ ਕੋਈ ਉਹਨਾਂ ਦੇ ਨੇੜੇ ਜਾਂਦਾ. ਯੂਅਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ. ਬਹੁਤ ਮਹਾਨ ਲੋਕਾਂ ਨੇ ਕਿਹਾ ਜਦੋਂ ਪੈਰਿਸ ਕਾਂਗਰਸ ਆਫ ਸਾਇੰਸ 1900 ਦੇ ਵਿੱਚ ਗਏ ਉਹ, ਕਿ ਤੁਹਾਡਾ ਜਿਹੜਾ ਇਹ ਯੰਤਰ ਹੈ ਬਹੁਤ ਅਦਭੁਤ ਚੀਜ਼ ਹੈ. ਇਹ ਟ੍ਰਾਂਸਲੇਸ਼ਨ ਦੇ ਵਿੱਚ ਇਹ ਵਾਲਾ ਸੈਂਟੈਂਸ ਆਊਗਾ. ਦੇ ਵਰ ਅਮੇਜ਼ਡ ਐਸ ਦਾ ਇਨਵੈਂਟਰ ਸ਼ੋਡ ਦੈਮ ਹਾਊ ਟੂ ਯੂਜ਼ ਦਾ ਮਸ਼ੀਨ. ਉਹ ਬੜੇ ਹੈਰਾਨ ਹੋਏ ਦੇਖ ਕੇ ਕਿ ਕਿਵੇਂ ਜਗਦੀਸ਼ ਚੰਦਰ ਬੋਸ ਦਿਖਾ ਰਹੇ ਹੈ ਇਹ ਮਸ਼ੀਨ ਕਿਵੇਂ ਚੱਲੂਗੀ. ਕਹਿੰਦੇ ਉਹਨਾਂ ਨੇ ਪੁੱਛਿਆ ਕਿ ਵਾਟ ਡੂ ਯੂ ਕਾਲ ਦਿਸ ਇੰਸਟਰੂਮੈਂਟ, ਤੁਸੀਂ ਇਸ ਯੰਤਰ ਨੂੰ ਕੀ ਕਹੋਗੇ. ਉਹਨਾਂ ਨੇ, ਜਗਦੀਸ਼ ਚੰਦਰ ਬੋਸ ਨੇ ਰਿਪਲਾਈ ਕੀਤਾ, ਜਵਾਬ ਦਿੱਤਾ, ਕ੍ਰੈਸਕੋਗ੍ਰਾਫ. ਜਗਦੀਸ਼ ਚੰਦਰ ਬੋਸ ਇੱਕ ਬਹੁਤ ਵਧੀਆ ਵਿਗਿਆਨੀ ਹੈ ਸੀ ਜਿਨ੍ਹਾਂ ਨੇ ਬੜੇ ਹੀ ਅਦਭੁਤ ਯੰਤਰ ਬਣਾਇਆ. ਐਂਡ ਸਾਇੰਟਿਸਟ ਨੇ ਉਹਨਾਂ ਨੂੰ ਪੁੱਛਿਆ ਕਿ ਵੇਅਰ ਵਾਜ਼ ਇਟ ਮੇਡ, ਇਹਨੂੰ ਕਿੱਥੇ ਬਣਾਇਆ ਗਿਆ. ਉਹਨਾਂ ਨੇ ਕਿਹਾ ਇਨ ਇੰਡੀਆ, ਇੰਡੀਆ ਦੇ ਵਿੱਚ. ਜਦੋਂ ਜਵਾਬ ਸੁਣਿਆ ਸਾਰੇ ਬਹੁਤ ਹੀ ਹੈਰਾਨ ਰਹਿ ਗਏ, ਕਿਉਂਕਿ ਉਹਨਾਂ ਨੂੰ ਇੰਝ ਲੱਗਦਾ ਕਿ ਇੰਡੀਆ ਦੇ ਵਿੱਚ ਕੋਈ ਜ਼ਿਆਦਾ ਇੰਪਰੂਵਮੈਂਟ ਸਾਇੰਟਿਫਿਕ ਨਹੀਂ ਹੋ ਰਹੀ ਸੀ ਉਸ ਟਾਈਮ 'ਤੇ. ਨੋ ਡਾਊਟ, ਅਗਲੀ ਲਾਈਨ ਇੰਪੋਰਟੈਂਟ ਹੈ, ਕਿ 19th ਸੈਂਚਰੀ ਦੇ ਵਿੱਚ ਫਾਈਨ ਆਰਟਸ ਦੇ ਵਿੱਚ, ਲਿਟਰੇਚਰ 'ਚ, ਫਿਲੋਸਫੀ 'ਚ ਸਾਰੇ ਕਿਤੇ ਬਹੁਤ ਵਧੀਆ ਪ੍ਰੋਗਰੈਸ ਕਰ ਲਈ ਸੀ ਇੰਡੀਆ ਨੇ, ਬਟ ਇਨ ਦਾ ਫੀਲਡ ਆਫ ਸਾਇੰਸ ਇਟ ਹੈਜ਼ ਨੋਟ ਪ੍ਰੋਗਰੈਸਡ ਮੱਚ. ਪਰ ਸਾਇੰਸ ਦੇ ਫੀਲਡ ਦੇ ਵਿੱਚ ਜ਼ਿਆਦਾ ਪ੍ਰੋਗਰੈਸ ਨਹੀਂ ਹੋਈ ਸੀ. ਸਰ ਜਗਦੀਸ਼ ਚੰਦਰ ਬੋਸ ਵਿਦ ਹਿਜ਼ ਇਨਵੈਂਸ਼ਨ ਮੇਡ ਅ ਨੇਮ ਫੋਰ ਹਿਮਸੈਲਫ ਐਂਡ ਹਿਸ ਕੰਟਰੀ ਇਨ ਦਾ ਸਾਇੰਟਿਫਿਕ ਵਰਲਡ. ਉਹਨਾਂ ਦੀ ਇਸ ਇਨਵੈਂਸ਼ਨ ਨੇ ਉਹਨਾਂ ਦਾ ਆਪਦਾ ਨਾਮ ਅਤੇ ਦੇਸ਼ ਦਾ ਨਾਮ ਸਾਰੇ ਦੇਸ਼ ਵਿੱਚ, ਸਾਰੇ ਕੰਟਰੀ ਦੇ ਵਿੱਚ, ਸੋਰੀ ਵਰਲਡ ਦੇ ਵਿੱਚ ਫੇਮਸ ਕਰ ਦਿੱਤਾ ਸੀ. ਬੋਸ ਵਾਜ ਬੋਰਨ ਇਨ 1858 ਇਨ ਅ ਵਿਲੇਜ ਇਨ ਬੰਗਾਲ. ਲਾਈਨ ਟਿਕ ਕਰੋ. ਹੀ ਆਫਟਰ ਸਟੱਡਿੰਗ ਫਿਜ਼ਿਕਸ ਐਟ ਕੈਲਕਟਾ ਯੂਨੀਵਰਸਿਟੀ ਹੀ ਵੈਂਟ ਟੂ ਇੰਗਲੈਂਡ ਫੋਰ ਫਰਦਰ ਸਟੱਡੀਜ਼. ਉਹ ਇਹ ਵੀ ਲਾਈਨ ਆਊਗੀ ਕਿ ਉਹ ਕਿੱਥੇ ਗਏ ਸੀਗੇ ਆਪਦੀ ਅੱਗੇ ਸਟੱਡੀ ਕਰਨ ਲਈ. ਇੰਗਲੈਂਡ ਦੇ ਵਿੱਚ ਗਏ ਸੀ. ਹੀ ਗ੍ਰੈਜੂਏਟਿਡ ਫਰੋਮ ਕੈਂਬਰਿਜ, ਦੈਨ ਰਿਟਰਨ ਟੂ ਇੰਡੀਆ ਐਂਡ ਵਾਜ਼ ਅਪੁਆਇੰਟਡ ਪ੍ਰੋਫੈਸਰ ਆਫ ਫਿਜ਼ਿਕਸ, ਪ੍ਰੈਜ਼ੀਡੈਂਸੀ ਕਾਲਜ ਇਨ ਕੈਲਕਟਾ.
ਦੇਖੋ ਪਹਿਲਾਂ ਉਹ ਕੈਂਬਰਿਜ ਗਏ, ਦੁਬਾਰਾ ਵਾਪਸ ਇੰਡੀਆ ਆਏ, ਉਹਨਾਂ ਨੇ ਕੈਲਕਟਾ ਯੂਨੀਵਰਸਿਟੀ ਦੇ ਵਿੱਚ ਪ੍ਰੈਜ਼ੀਡੈਂਸੀ ਦੇ ਵਿੱਚ ਪ੍ਰੋਫੈਸਰਸ਼ਿਪ ਕੀਤੀ। ਆ 3 ਈਅਰ ਸਟਰਗਲ ਬਿਗੈਨ ਬਿਟਵੀਨ ਬੋਸ ਐਂਡ ਦਾ ਗੌਰਮੈਂਟ ਇਨ ਵਿੱਚ ਹੀ ਵਾਜ਼ ਵਿਕਟੋਰੀਅਸ। ਦੇਖੋ ਸਟਰਗਲ ਕਾਹਦੀ ਸੀ, ਸੈਲਰੀ ਦੀ, ਕਿਵੇਂ ਕਿ ਇੰਡੀਅਨਸ ਨੂੰ ਉਹ ਵਧੀਆ ਅਹੁਦਾ ਵੀ ਨਹੀਂ ਦਿੰਦੇ ਸੀ, ਇਕੁਅਲ ਕੰਮ ਲਈ ਉਹਨਾਂ ਨੂੰ ਸੈਲਰੀ ਘੱਟ ਦਿੱਤੀ ਜਾਂਦੀ ਸੀ। 3 ਈਅਰਸ ਤੱਕ ਉਹਨਾਂ ਨੇ ਆਪਦੀ ਥੋੜ੍ਹੀ ਸੈਲਰੀ ਨੂੰ ਐਕਸੈਪਟ ਹੀ ਨਹੀਂ ਕੀਤਾ, ਐਂਡ 'ਤੇ ਉਹਨਾਂ ਨੂੰ ਪੂਰੀ ਸੈਲਰੀ ਵੀ ਦਿੱਤੀ ਗਈ, ਉਹਨਾਂ ਨੂੰ ਜਿੱਤ ਵੀ ਪ੍ਰਾਪਤ ਹੋਈ ਅਤੇ ਇਸ ਤਰ੍ਹਾਂ ਉਹਨਾਂ ਨੇ ਇਕੁਐਲਿਟੀ ਵੀ ਲਿਆਂਦੀ। ਆ 3 ਈਅਰ ਸਟਰਗਲ ਬਿਗੈਨ ਬਿਟਵੀਨ ਬੋਸ ਐਂਡ ਦਾ ਗੌਰਮੈਂਟ ਇਨ ਵਿੱਚ ਹੀ ਵਾਜ਼ ਵਿਕਟੋਰੀਅਸ ਐਂਡ ਇੰਡੀਅਨ ਇਨ ਦੋਜ਼ ਡੇਜ਼ ਆਫ ਬ੍ਰਿਟਿਸ਼ ਰੂਲ ਯੂਜੁਅਲੀ ਰਿਸੀਵਡ 2/3 ਆਫ ਦਾ ਸੈਲਰੀ। 2/3 ਹਿੱਸਾ ਹੀ ਮਿਲਦਾ ਸੀ ਪੇਡ ਟੂ ਦ ਯੂਰੋਪੀਅਨ ਪ੍ਰੋਫੈਸਰ, ਜਿੰਨਾ ਯੂਰੋਪੀਅਨ ਨੂੰ ਮਿਲਦਾ ਸੀ ਉਦੋਂ 2/3 ਹਿੱਸਾ ਹੀ ਦਿੰਦੇ ਸੀ। ਬੋਸ ਅਪੋਇੰਟਮੈਂਟ ਵਾਸ ਟੈਂਪਰੇਰੀ ਵਨ, ਉਹਨਾਂ ਨੂੰ ਕੱਚੀ ਨੌਕਰੀ ਮਿਲੀ ਹੋਈ ਸੀ, ਸੋ ਹੀ ਵਾਜ਼ ਗਿਵਨ ਓਨਲੀ ਹਾਫ ਦਾ ਰੇਟ ਫੋਰ ਅ ਯੂਰੋਪੀਅਨ, ਉਹਨਾਂ ਨੂੰ ਅੱਧੀ ਹੀ ਤਨਖਾਹ ਮਿਲਦੀ ਸੀ। ਬੋਸ ਵਾਜ਼ ਨੋਟ ਦਾ ਮੈਨ ਟੂ ਟੇਕ ਇਟ ਕੁਆਈਟਲੀ, ਚੁੱਪ ਬੈਠਣ ਵਾਲੇ ਤਾਂ ਹੈ ਨਹੀਂ ਸੀ। ਹੀ ਫੈਲਟ ਦੈਟ ਪੀਪਲ ਹੂ ਡਿਡ ਦਾ ਸੇਮ ਅਮਾਊਂਟ ਐਂਡ ਸੇਮ ਕਾਇੰਡ ਆਫ ਵਰਕ ਸ਼ੁੱਡ ਬੀ ਪੇਡ ਦਾ ਸੇਮ ਸੈਲਰੀ, ਵਟ ਐਵਰ ਰੇਸ ਔਰ ਨੇਸ਼ਨ ਦੇ ਬਿਲੋਂਗ ਟੂ। ਕਿਸੇ ਵੀ ਦੇਸ਼, ਕਿਸੇ ਵੀ ਜਾਤ ਦੇ ਹੋਣ, ਜੇ ਕੰਮ ਸਹੀ ਕਰ ਰਹੇ ਹੈ, ਕੰਮ ਸੇਮ ਕਰ ਰਹੇ ਹੈ, ਤਾਂ ਸੇਮ ਪੈਸੇ ਮਿਲਣੇ ਚਾਹੀਦੇ ਹੈ। ਇਟ ਇਜ਼ ਵਰਥ ਰਿਮੈਂਬਰਿੰਗ ਦੈਟ ਡਿਸਕਵਰੀਜ਼ ਡੂ ਨੋਟ ਕਮ ਫਰੋਮ ਦਾ ਫੇਥਫੁਲ ਫੋਲੋਅਰਸ ਐਂਡ ਯੈਸ ਮੈਨ ਆਫ ਸਾਇੰਸ। ਕਹਿੰਦੇ ਕਿ ਕਦੇ ਵੀ ਜੇ ਕੋਈ ਕਾਢ ਹੋਈ ਹੈ ਤਾਂ ਜੇ ਕਿਸੇ ਨੇ ਡਾਊਟ ਕੀਤਾ ਤਾਂ ਹੀ ਉਹ ਕਾਢ ਹੋਈ ਹੈ, ਹਾਂ 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 ਕਰਨ ਵਾਲਿਆਂ ਨੂੰ ਕੁਝ ਨਹੀਂ ਮਿਲਿਆ। ਕਹਿੰਦੇ ਡਾਊਟ ਕਰਨ ਵਾਲੇ ਅਤੇ ਰੈਬਲ ਕਰਨ ਵਾਲੇ, ਵਿਦਰੋਹ ਕਰਨ ਵਾਲੇ ਹੀ ਕੁਝ ਕਰ ਸਕੇ ਹੈ। ਬੋਸ ਅ ਨੇਚਰ ਤੋਂ ਹੀ ਇੱਕ ਵਿਦਰੋਹੀ ਸੀ, ਇਹ ਲਾਈਨ ਵੀ ਟ੍ਰਾਂਸਲੇਸ਼ਨ ਦੇ ਵਿੱਚ ਆਊਗੀ। ਹੀ ਰਿਫਿਊਜ਼ ਟੂ ਟੱਚ ਐਨੀ ਪਾਰਟ ਆਫ ਹਿਸ ਸੈਲਰੀ ਫੋਰ 3 ਈਅਰਸ, ਉਹਨੇ 3 ਸਾਲ ਆਦਿ ਕੋਈ ਸੈਲਰੀ ਨਹੀਂ ਲਈ। ਇਟ ਵਾਜ਼ ਅ ਕੁਐਸਚਨ ਆਫ ਹਿਸ ਸੈਲਫ ਰਿਸਪੈਕਟ, ਇਹ ਉਹਦੀ ਆਤਮ ਰਿਸਪੈਕਟ ਦੀ ਗੱਲ ਸੀ। ਐਂਡ ਹੀ ਵਾਜ਼ ਨੋਟ ਰੈਡੀ ਟੂ ਗਿਵ ਅਪ ਹਿਸ ਪ੍ਰਿੰਸੀਪਲਸ, ਉਹ ਆਪਦੇ ਸਿਧਾਂਤਾਂ ਨੂੰ ਛੱਡਣਾ ਨਹੀਂ ਸੀ ਚਾਹੁੰਦੇ। ਇਨ ਦਾ ਐਂਡ ਵਿਕਟਰੀ ਵਾਜ਼ ਹਿਸ, ਅੰਤ ਦੇ ਵਿੱਚ ਜਿੱਤ ਉਹਨਾਂ ਦੀ ਪ੍ਰਾਪਤ ਸੀ, ਜਿੱਤ ਉਹਨਾਂ ਨੂੰ ਹੀ ਮਿਲੀ। ਬੋਸ ਨਾਓ ਬਿਗੇਨ ਹਿਸ ਵਰਕ ਵਿਚ ਹੈਜ਼ ਮੇਡ ਹਿਮ ਫੇਮਸ ਆਲ ਓਵਰ ਦਾ ਵਰਲਡ, ਉਹਨਾਂ ਨੇ ਹੁਣ ਅਜਿਹਾ ਕੰਮ ਕਰਤਾ ਜਿਹੜਾ ਸਾਰੇ ਵਰਲਡ ਦੇ ਵਿੱਚ ਫੇਮਸ ਕਰ ਗਿਆ। ਹੀ ਹੈਡ ਫਰੋਮ ਬੋਏਹੁੱਡ ਬੀਨ ਇੰਟਰਸਟਿਡ ਇਨ ਐਨੀਮਲ ਐਂਡ ਪਲਾਂਟ ਲਾਈਫ, ਉਹਨਾਂ ਨੂੰ ਹਮੇਸ਼ਾ ਹੀ ਪਸ਼ੂਆਂ ਅਤੇ ਪਲਾਂਟਸ ਦੇ ਵਿੱਚ ਦਿਲਚਸਪੀ ਸੀ, ਇਸੇ ਕਰਕੇ ਹੀ ਉਹਨਾਂ ਨੇ ਫਿਜ਼ਿਕਸ ਵੀ ਲਈ। ਹੀ ਹੈਡ ਨੋਟਿਸਡ ਹਿਸ ਵਾਇਰਲੈਸ ਰਿਸੀਵਰ ਸ਼ੋਡ ਸਾਈਨਸ ਆਫ ਟਾਇਰਡਨੈਸ, ਤੁਸੀਂ ਵੀ ਦੇਖੋਗੇ ਜੇ ਆਪਾਂ ਫੋਨ 'ਤੇ ਬਹੁਤ ਜ਼ਿਆਦਾ ਗੱਲ ਕਰਦੇ ਹਾਂ ਫੋਨ ਗਰਮ ਹੋ ਜਾਂਦਾ ਹੈ, ਉਵੇਂ ਹੀ ਉਹ ਕਹਿੰਦੇ ਕਿ ਜਿਹੜੀ ਵਾਇਰਲੈਸ ਚੀਜ਼ ਹੈ ਉਹਦੇ ਵਿੱਚ ਜੇ ਗਰਮਾਹਟ ਆ ਜਾਂਦੀ ਹੈ, ਥਕਾਵਟ ਆ ਜਾਂਦੀ ਹੈ, ਫੋਨ ਹੈਂਗ ਹੋਣ ਲੱਗ ਜਾਂਦਾ ਹੈ, ਨੋਨ ਲਿਵਿੰਗ ਥਿੰਗ ਹੈ ਕਹਿੰਦੇ, ਬਟ ਇਨ ਸਮ ਸਟਰੇਂਜ ਵੇ ਗੋਡ ਬੈਕ ਇਟਸ ਪਾਵਰ ਆਫਟਰ ਬੀਂਗ ਰੈਸਟਡ, ਪਰ ਉਹਨੂੰ ਥੋੜ੍ਹੀ ਦੇਰ ਛੱਡ ਦਈਏ ਦੁਬਾਰਾ ਪਾਵਰ ਮਿਲ ਜਾਂਦੀ ਹੈ। ਹੇਅਰ ਵਾਜ਼ ਫੂਡ ਫੋਰ ਥੋਟ, ਉਹਨਾਂ ਦੇ ਵਿਚਾਰ ਨੂੰ ਇੱਕ ਚਮਕ ਮਿਲੀ, ਇੱਕ ਥੋਟ ਮਿਲਿਆ, ਇੱਕ ਫੂਡ ਜਿਵੇਂ ਮਿਲਦਾ ਹੈ ਭੁੱਖ ਲੱਗੇ ਅਤੇ ਉਹਨਾਂ ਦੇ ਦਿਮਾਗ ਨੂੰ ਇੱਕ ਗੱਲ ਮਿਲੀ, ਉਹਨਾਂ ਨੇ ਸੋਚਿਆ ਕਿ ਅੱਛਾ ਇਸ ਤਰ੍ਹਾਂ ਆਪਾਂ ਡਿਸਕਵਰੀ ਕਰ ਸਕਦੇ ਹਾਂ ਕਿ ਅੰਟਿਲ ਦਾ ਐਂਡ ਆਫ ਮਿਡਲ ਏਜਿਸ ਦਾ ਵਰਲਡ ਵਾਜ਼ ਲੁਕਡ ਔਨ ਐਜ਼ ਵਨ ਬਿਊਟੀਫੁਲ ਯੂਨਿਟੀ ਕ੍ਰੀਏਟਿਡ ਬਾਏ ਮੈਨ ਗੋਡ। ਮਿਡਲ ਏਜਿਸ ਦੇ ਵਿੱਚ, ਮਡੀਵਲ ਪੀਰੀਅਡ ਦੇ ਵਿੱਚ ਸੋਚਦੇ ਸੀ ਕਿ ਰੱਬ ਕਿਹੋ ਜਿਹੀ, ਸੋਰੀ ਵਰਲਡ ਕਿਹੋ ਜਿਹੀ ਇਕਾਈ ਹੈ ਜੋ ਪਰਮਾਤਮਾ ਨੇ ਬਣਾਈ ਹੈ। ਮੈਨ ਸਭ ਕੁਝ ਬਿਲੀਵ ਕਰਦਾ ਸੀ, ਕਾਹਦੇ 'ਚ, ਰੌਕਸ ਦੇ ਵਿੱਚ, ਸਟੋਨਸ ਦੇ ਵਿੱਚ, ਜਿੱਥੇ ਜਿੱਥੇ ਜਿਹੜੀ ਚੀਜ਼ ਪਈ ਹੈ ਕਿ ਹਾਂ ਇਹ ਰੱਬ ਨੇ ਦਿੱਤੀ ਵੀ ਹੈ। ਪਰ ਗਲੀਲੀਓ ਨੇ, ਨਿਊਟਨ ਨੇ ਵਰਲਡ ਦੀ ਪਿਕਚਰ ਹੀ ਬਦਲਤੀ। ਗਲੀਲੀਓ ਨੇ ਕਿਹਾ ਕਿ ਗ੍ਰੈਵੀਟੇਸ਼ਨ ਹੈ ਤਾਂ ਕਰਕੇ ਆਪਣੇ ਨਾਲ ਚੀਜ਼ਾਂ ਆਕਰਸ਼ਿਤ ਹੁੰਦੀਆਂ। ਸੋਰੀ, ਜੋ ਸੇਬ ਦੀ ਐਗਜ਼ਾਮਪਲ ਗ੍ਰੈਵਿਟੀ ਦੀ ਸੀ ਉਹ ਨਿਊਟਨ ਨੇ ਦਿੱਤੀ ਸੀ। ਗੈਲੀਲੀਓ ਨੇ ਸਾਇੰਟਿਫਿਕ ਦੇ ਵਿੱਚ, ਸਾਇੰਸ ਦੇ ਵਿੱਚ ਐਸਟ੍ਰੋਨਮਰ ਸੀ, ਉਹ ਬਹੁਤ ਵਧੀਆ, ਉਹਨਾਂ ਨੇ ਐਸਟ੍ਰੋਨੋਮੀ ਦੇ ਵਿੱਚ
ਆਪਦੀਆਂ ਡਿਸਕਵਰੀਜ਼ ਕੀਤੀਆਂ ਸੀ। ਮੈਨ ਬਿਗੇਨ ਟੂ ਸਟੱਡੀ ਐਵਰੀ ਬ੍ਰਾਂਚ ਆਫ ਸਾਇੰਸ ਸੈਪਰੇਟਲੀ ਵਿਦ ਗ੍ਰੇਟ ਡਿਟੇਲ। ਇਨਸਾਨ ਨੇ ਬਹੁਤ ਵਧੀਆ ਢੰਗ ਦੇ ਨਾਲ ਬਹੁਤ ਡਿਟੇਲ ਦੇ ਵਿੱਚ ਸਾਇੰਸ ਨੂੰ ਪੜ੍ਹਨਾ ਸ਼ੁਰੂ ਕੀਤਾ, ਜਿਵੇਂ ਸਾਇੰਸ ਦੀਆਂ ਅੱਗੇ ਸਟ੍ਰੀਮਸ ਬਣੀਆਂ। ਬੋਸ ਹਾਊ ਐਵਰ ਰਿਕੋਗਨਾਈਜ਼ਡ ਅ ਯੂਨਿਟੀ ਅਮੰਗ ਆਲ ਦੀਜ਼ ਬ੍ਰਾਂਚਿਸ ਆਫ ਸਾਇੰਸ। ਅਤੇ ਬੋਸ ਨੇ ਦੇਖਿਆ ਕਿ ਸਾਰੀ ਬ੍ਰਾਂਚਿਸ ਨੂੰ ਸਾਇੰਸ ਨੂੰ ਜੋੜਿਆ। ਹੀ ਰਿਅਲਾਈਜ਼ ਦੈਟ ਦੇਅਰ ਵਾਜ਼ ਸਿਮਿਲੈਰਿਟੀ ਇਨ ਦਾ ਬਿਹੇਵੀਅਰ ਆਫ ਲਾਈਫਲੈਸ ਐਂਡ ਲਿਵਿੰਗ ਥਿੰਗਸ। ਉਹਨੇ ਕਿਹਾ ਕਿ ਜਿਉਂਦੀਆਂ ਚੀਜ਼ਾਂ ਅਤੇ ਨਿਰਜੀਵ ਚੀਜ਼ਾਂ ਦੇ ਵਿੱਚ ਕੋਈ ਨਾ ਕੋਈ ਸਿਮਿਲੈਰਿਟੀ ਹੈ। ਇਟ ਵਾਜ਼ ਹੈਵ ਐਵਰ ਨੋਟ ਈਜ਼ੀ ਟੂ ਕਨਵਿੰਸ ਅਦਰਸ, ਪਰ ਲੋਕ ਤਾਂ ਇੰਨੀ ਜਲਦੀ ਮੰਨਣ ਨੂੰ ਤਿਆਰ ਨਹੀਂ ਸੀ। ਉਹ ਤਾਂ ਦੇਵਰ ਹੋਲਡ ਔਨ ਟੂ ਦੇ ਓਲਡ ਬਿਲੀਫਸ, ਪੁਰਾਣੇ ਰੀਤੀ ਰਿਵਾਜ਼ਾਂ ਨੂੰ ਮੰਨ ਰਹੇ ਸੀ। ਦੇ ਡੂ ਨੋਟ ਲਾਈਕ ਟੂ ਚੇਂਜ, ਉਹ ਚੇਂਜ ਨਹੀਂ ਹੋਣਾ ਚਾਹੁੰਦੇ ਸੀ। ਬੋਸ ਨੇ ਸੁਜੈਸਟ ਕੀਤਾ ਦੈਟ ਦਾ ਐਨੀਮਲ, ਵੈਜੀਟੇਬਲ ਐਂਡ ਮਿਨਰਲ ਕਿੰਗਡਮਸ ਦੇਵਰ ਵਨ ਐਂਡ ਹੈਡ ਅ ਗ੍ਰੇਟ ਡੀਲ ਇਨ ਕਾਮਨ। ਹੀ ਸੈਡ ਦੈਟ ਮੈਟਲਸ, ਪਲਾਂਟਸ, ਦੇ ਹੈਡ ਅ ਲਾਈਫ ਆਫ ਦੇਅਰ ਓਨ ਐਂਡ ਕੁੱਡ ਬਿਕਮ ਟਾਇਰਡ, ਡਿਪਰੈਸਡ ਐਂਡ ਹੈਪੀ। ਪੀਪਲ ਲਾਫਡ ਐਟ ਹਿਮ, ਦੇ ਡਿਡ ਨੋਟ ਟੇਕ ਹਿਮ ਸੀਰੀਅਸਲੀ। ਜਦੋਂ ਉਹਨਾਂ ਨੇ ਸਾਰਾ ਕੁਛ ਦੱਸਿਆ ਕਿ ਲਿਵਿੰਗ ਥਿੰਗਸ, ਨੋਨ ਲਿਵਿੰਗ ਥਿੰਗਸ ਬਰਾਬਰ ਹੈ, ਨੋਨ ਲਿਵਿੰਗ ਥਿੰਗਸ ਵੀ ਥੱਕਦੀਆਂ, ਉਹਨਾਂ ਨੂੰ ਵੀ ਸਮਝ ਆਉਂਦੀ ਹੈ, ਦੇ ਆਲਸੋ ਸੈਂਸ ਦੇ ਹੈਵ ਦਾ ਕੈਪੇਬਿਲਿਟੀ ਟੂ ਬਿਕਮ ਟਾਇਰਡ, ਹੈਪੀ ਐਂਡ ਡਿਪਰੈਸਡ। ਸਾਰੇ ਦੇਖ ਕੇ ਉਹਨਾਂ ਨੂੰ ਹੱਸੇ, ਸੁਣ ਕੇ ਹੱਸੇ। ਬੋਸ ਨਿਊ ਦੈਟ ਹੀ ਵਾਜ਼ ਰਾਈਟ, ਉਹਨਾਂ ਨੂੰ ਪਤਾ ਸੀ ਮੈਂ ਸਹੀ ਹੈ, ਅਤੇ ਉਹਨਾਂ ਨੇ ਉਹ ਪ੍ਰੂਵ ਵੀ ਕੀਤਾ। ਸ਼ੁਰੂ ਦੇ ਵਿੱਚ ਉਹਨਾਂ ਨੇ ਇੱਕ ਮਸ਼ੀਨ ਬਣਾਈ ਵਿਚ ਰਿਕਾਰਡਿਡ ਹਿਸ ਫਾਈਂਡਿੰਗਸ ਵਿਦ ਮੈਕਸੀਮਮ ਐਗਜੈਕਟਨੈਸ। ਜੋ ਸੋਚ ਰਹੇ ਸੀ ਬਿਲਕੁਲ ਐਗਜੈਕਟ ਉਸ ਮਸ਼ੀਨ ਨੇ ਵੀ ਦੱਸਿਆ। ਉਹਦਾ ਨਾਮ ਸੀ ਕ੍ਰੈਸਕੋਗ੍ਰਾਫ, ਇੱਕ ਅਮੇਜ਼ਿੰਗ ਮਸ਼ੀਨ ਜਿਹਨੇ ਰਿਕਾਰਡ ਕੀਤਾ, ਰੈਕਰਡਸ ਬੋਲਦੇ ਵੈਸੇ, ਰਿਕਾਰਡ ਕੀਤਾ ਕਿ ਪਲਾਂਟਸ ਦੀ ਗਰੋਥ ਕਿਵੇਂ ਹੈ। ਉਹਨਾਂ ਨੇ ਇਹ ਵੀ ਦੱਸਿਆ, ਇਟ ਮੈਗਨੀਫਾਈਜ਼ ਦਾ ਮੂਵਮੈਂਟ ਆਫ ਪਲਾਂਟ ਟਿਸ਼ੂਜ਼ 10,000 ਟਾਈਮਸ ਐਂਡ ਕੈਨ ਰਿਕਾਰਡ ਦਾ ਰਿਐਕਸ਼ਨ ਆਫ ਪਲਾਂਟਸ ਟੂ ਮਿਨਿਓਰਸ, ਨੋਇਸ ਐਂਡ ਅਦਰ ਸਟੇਮੁਲੀ। ਮਤਲਬ ਬਾਹਰੋਂ ਜੇ ਕੁਛ ਹੋ ਰਿਹਾ ਤਾਂ ਪਲਾਂਟਸ ਰਿਐਕਟ ਕਰਦੇ ਹੈ, ਪਾਣੀ ਪਾਓ ਤਾਂ ਰਿਐਕਟ ਕਰਦੇ, ਮੈਨਿਓਰ ਪਾਓ ਤਾਂ, ਉੱਚੀ ਆਵਾਜ਼ 'ਚ ਬੋਲੋ ਜਾਂ ਟੱਚ ਕਰੋ ਤਾਂ ਵੀ ਪਲਾਂਟਸ ਰਿਐਕਟ ਕਰਦੇ ਹੈ। ਦਾ ਕ੍ਰੈਸਕੋਗ੍ਰਾਫ ਪ੍ਰੂਵ ਦੈਟ ਬੋਸ ਹੈਡ ਨੋਟ ਬੀਨ ਰੋਂਗ। ਕ੍ਰੈਸਕੋਗ੍ਰਾਫ ਨੇ ਦੱਸਿਆ ਕਿ ਬੋਸ ਸਹੀ ਸੀ। ਇਟ ਸ਼ੋਅਡ ਦੈਟ ਪਲਾਂਟਸ ਹੈਵ ਹਾਰਟਸ, ਦੇ ਆਰ ਕੈਪੇਬਲ ਆਫ ਫੀਲਿੰਗ। The crescograph indicated that plants have a keen sight and react to the rays of light and wireless waves. ਤੁਸੀਂ ਦੇਖੋਗੇ ਮੋਬਾਈਲ ਨੂੰ ਕੋਲ ਰੱਖ ਦਿਓ ਪਲਾਂਟ ਦੇ, ਪਲਾਂਟ ਜਲ ਵੀ ਜਾਂਦਾ ਹੈ, ਰੇਡੀਏਸ਼ਨ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜਾਂ ਫਿਰ ਰੇਜ਼ ਆਫ ਲਾਈਟ ਨੂੰ ਵੀ ਉਹ ਰਿਸਪੋਂਡ ਕਰਦਾ। ਸਨਫਲਾਵਰ ਹੈ, ਜਿੱਧਰ ਰੇਜ਼ ਜਾਂਦੀ ਹੈ ਲਾਈਟ ਦੀ, ਸਨਲਾਈਟ ਦੀ, ਉੱਧਰ ਨੂੰ ਮੂਵ ਕਰ ਜਾਂਦਾ। ਓਬਵੀਅਸਲੀ ਪਤਾ ਲੱਗ ਰਿਹਾ ਨਾ ਉਹਨੂੰ ਕਿਸਾਨ ਕਿੱਥੇ ਹੈ। ਦਾ machine proved that plants have special sense which tells them of the approach of a stranger. ਉਹਨਾਂ ਨੂੰ ਇਹ ਵੀ ਪਤਾ ਲੱਗਦਾ ਕਿ ਕੋਈ ਬਾਹਰਲਾ ਬੰਦਾ ਕੋਲ ਆ ਰਿਹਾ ਹੈ, ਉਹਨੂੰ ਉੱਥੋਂ ਵੀ ਸੈਂਸ ਹੋ ਜਾਂਦਾ। ਦ ਸਟੋਰੀ ਆਫ ਦਿਸ ਗ੍ਰੇਟ ਸਾਇੰਟਿਸਟ ਵਿਲ ਨੋਟ ਬੀ ਕੰਪਲੀਟ ਵਿਦਆਊਟ ਸਮ ਮੈਂਸ਼ਨ ਆਫ ਹਿਸ ਕੰਸਰਨ ਫੋਰ ਇੰਡੀਆ ਐਂਡ ਹਰ ਪੀਪਲ। ਮਤਲਬ ਉਹਨਾਂ ਦੇ ਜਿਹੜੇ ਲੋਕ ਹੈ ਇੰਡੀਆ ਦੇ, ਜੇ ਆਪਾਂ ਸਟੋਰੀ ਕੰਪਲੀਟ ਨਹੀਂ ਹੁੰਦੀ ਜੇ ਆਪਾਂ ਦੱਸੀਏ ਨਾ ਕਿ ਉਹ ਕਿੰਨੇ ਡੈਡੀਕੇਟਡ ਸੀ ਇੰਡੀਆ ਦੇ ਲਈ। ਉਹਨਾਂ ਦਾ ਬਹੁਤ ਵਿਸ਼ਵਾਸ ਸੀ ਲੋਕਾਂ ਦੇ ਕਿ ਬਹੁਤ ਇੰਟੈਲੀਜੈਂਟ ਹੈ ਮੇਰੇ ਇੰਡੀਆ ਦੇ ਲੋਕ। ਬੋਸ ਵਾਸ ਸਰਟਨ ਦੈਟ ਦੇ ਵਰ ਕੈਪੇਬਲ ਆਫ ਡੂਇੰਗ ਗ੍ਰੇਟ ਥਿੰਗਸ ਟੂਡੇ ਐਜ਼ ਦੇਅਰ ਇੰਸੈਸਟਰਸ ਹੈਡ ਡਨ ਇਨ ਦਾ ਪਾਸਟ। ਜਿਵੇਂ ਸਾਡੇ ਪੂਰਵਜਾਂ ਨੇ ਪਾਸਟ ਦੇ ਵਿੱਚ ਕੰਮ ਕੀਤੇ ਹੈ, ਹੁਣ ਵੀ ਜਿਹੜੇ ਲੋਕ ਹੈ ਬਹੁਤ ਇੰਟੈਲੀਜੈਂਟ ਹੈ, ਕੁਛ ਵੀ ਕਰ ਸਕਦੇ ਹੈ। ਇਨ ਐਨ ਐਡਰੈਸ ਐਟ ਕਨਵੋਕੇਸ਼ਨ ਆਫ ਯੂਨੀਵਰਸਿਟੀ ਆਫ ਮਾਈਸੂਰ ਇਨ ਨਵੰਬਰ 1927, Sir Jagdish Chandra Bose spoke about India's glory in the past and declared that it was action, line tick karo, not idleness that was responsible for that glory. Kehnde kam karde hain tahi oh kuch milda hai, idleness vele beh ke glory nahi mildi. He believed that there could be no happiness for a single person, koi sachchai koi khushi nahi mil sakdi ik vi bande nu unless it had been one for all, je saryan layi na oh khushi hove.
ਇੱਕ ਖੁਸ਼ੀ ਇਹ ਜੀ ਜੇ ਕੋਈ ਕੰਮ ਕਰਨਾ ਸਿਰਫ ਇੱਕ ਪਰਸਨ ਲਈ ਹੈ ਤਾਂ ਉਹ ਕੋਈ ਮਾਇਨੇ ਨਹੀਂ ਰੱਖਦੀ। ਖੁਸ਼ੀ ਉਹ ਮਾਇਨੇ ਰੱਖਦੀ ਹੈ ਜਿਹਦੇ ਵਿੱਚ ਸਾਰਿਆਂ ਦੀ ਮੈਨਕਾਇੰਡ ਦਾ ਫਾਇਦਾ ਹੋਵੇ। ਐਂਡ ਦਿਸ ਗ੍ਰੇਟ ਸਾਇੰਟਿਸਟ ਵਾਂਟਡ ਹਿਸ ਕੰਟਰੀਮੈਨ ਟੂ ਹੈਵ ਅਨਡਾਇੰਗ ਹੋਪ ਐਂਡ ਫੇਥ ਇਨ ਦਾ ਫਿਊਚਰ। ਇਸ ਮਹਾਨ ਵਿਗਿਆਨੀ ਇਹ ਚਾਹੁੰਦਾ ਸੀ ਹਮੇਸ਼ਾ ਕਿ ਉਹਨਾਂ ਦੇ ਲੋਕ ਹਮੇਸ਼ਾ ਹੋਪ ਨਾਲ ਰਹਿਣ ਜਿਹੜੀ ਕਦੇ ਨਾ ਮਰੇ, ਅਤੇ ਵਿਸ਼ਵਾਸ ਹੋਵੇ ਹਮੇਸ਼ਾ ਕਿ ਫਿਊਚਰ ਦੇ ਵਿੱਚ ਅਸੀਂ ਚੰਗਾ ਹੀ ਕਰਾਂਗੇ। ਇਹ ਤੋਂ ਬਾਅਦ ਜਿਹੜੀ ਐਕਟੀਵਿਟੀ ਹੈ ਬੇਟੇ ਵਿਦ ਪਿਕਚਰਸ, ਜਿਹੜੀ ਤੁਹਾਡੀ ਕੁਐਸਚਨਸ ਹੈ ਉਹ ਅਪਲੋਡ ਕਰ ਦਿੱਤੇ ਗਏ ਹੈ, ਪਹਿਲਾਂ ਹੀ ਅਪਲੋਡ ਕੀਤੇ ਹੋਏ ਆ ਉਹ, ਅਤੇ ਇੱਕ ਹੋਰ ਸਟੋਰੀ ਅਪਲੋਡ ਕੀਤੀ ਗਈ ਹੈ ਵਿਦ ਪਿਕਚਰਸ। ਤੁਸੀਂ ਤਿੰਨੋਂ ਹੀ ਵੀਡੀਓਜ਼ ਇਸ ਚੈਪਟਰ ਲਈ ਯੂਟਿਊਬ ਚੈਨਲ ਤੋਂ ਦੇਖ ਸਕਦੇ ਹੋ। ਮੇਰਾ ਨਾਮ ਹੈ ਸ਼ਿਲਪਾ ਬਾਂਸਲ, ਚੈਪਟਰ ਦਾ ਨਾਮ ਲਿਖ ਕੇ, ਮੇਰਾ ਨਾਮ ਲਿਖ ਕੇ ਸਰਚ ਕਰ ਸਕਦੇ ਹੋ, ਉੱਥੇ ਤੁਹਾਨੂੰ ਚੈਪਟਰ ਸਾਹਮਣੇ ਆ ਜੂਗਾ। ਥੈਂਕ ਯੂ ਆਲ ਆਫ ਯੂ।